आप ही देख लगा दोनों होगी फोटो आ गई हां जी अल्ले बोलो बाबा जी ठीक है बोल ग्यारह बजे हेलो हेलो ਮੈਂ ਤੈਨੂੰ ਇੱਕ ਮਿੰਟ ਬਾਅਦ ਕਾਲ ਕਰ ਤੂੰ ਬਾਅਦ ਲਈ ਮੈਨੂੰ ਫੋਨ ਇੱਕ ਮਿੰਟ 'ਚ ਵੈਸੇ ਮੈਂ ਡਰਾਈਵ ਕਰਦਾ ਸੀਮੈਂਟ ਵਾਲੀ ਖਾਲੀ ਆਗੀ ਦਾ ਕੱਪੜਾ ਮੁੰਡਾ ਇੱਕ ਦਿਨ ਆਇਓ ਮਾੜਾ ਜਿਹਾ ਚੱਕੂ ਕਿਲੋ ਹਵਾ ਚੱਕੂ ਲਵਾ ਤੁਸੀਂ ਐਫ ਸੀ ਦੋਗੇ ਡਰਾਈਵਰੋ ਗੱਡੀ ਜੇ ਲਫਾਫਾ ਹੈਗਾ ਨਹੀਂ ਯਾਰ ਕੋਈ ਹੈਗਾ ਤਾਂ ਤੂੰ ਪਿਆ ਹੋਣਾ ਗੱਡੀ ਜਾ ਕੋਈ ਕਾਗਜ਼ ਕੋਲ ਹਾਂ ਹਾਂ ਪੂਰੀ ਟ੍ਰੇਨ ਆ ਰਹੀ ਕਿਵੇਂ ਬੋਲੋ ਜੀ ਨਹੀਂ ਨਹੀਂ ਮੈਂ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਪ੍ਰਦੇਸ਼ ਮੈਂਬਰ ਐਫ ਸੀ ਆਈ ਭਾਰਤ ਸਰਕਾਰ ਰਾਮ ਵਿਲਾਸ ਪਾਸਵਾਨ ਜੀ ਫੂਡ ਮੰਤਰੀ ਭਾਰਤ ਸਰਕਾਰ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਮੈਂ ਅੱਜ ਭੁੱਚੋ ਰੇਲ ਹੈੱਡ 'ਤੇ ਖੜ੍ਹਾ ਜਿੱਥੇ ਸਪੈਸ਼ਲ ਭਰੀ ਜਾ ਰਹੀ ਹੈ ਔਰ ਲੇਬਰ ਦੇ ਜਿਹੜੇ ਇੱਥੇ ਸਾਥੀ ਕੰਮ ਕਰ ਰਹੇ ਹੈ ਇਹਨਾਂ ਸਾਥੀਆਂ ਦੀ ਬੜੀ ਵੱਡੀ ਸਮੱਸਿਆ ਹੈ ਕਿ ਇਹਨਾਂ ਤੋਂ ਅੱਜ ਤੱਕ ਕੋਈ ਫੰਡ ਨਹੀਂ ਕੱਟਿਆ ਜਾ ਰਿਹਾ ਕੋਈ ਫੰਡ ਦਾ ਹਿਸਾਬ ਨਹੀਂ ਔਰ 1 ਰੁਪਏ 20 ਪੈਸੇ ਦੇ ਬਹੁਤ ਘੱਟ ਰੇਟ 'ਤੇ ਇਹ ਜਿਹੜੇ ਹੈ ਮਜ਼ਦੂਰੀ ਜਿਹੜੀ ਮਿਹਨਤ ਕਰ ਰਹੇ ਹੈ ਔਰ ਮੈਂ ਬਹੁਤ ਸਾਰੀਆਂ ਸਮੱਸਿਆਵਾਂ ਇੱਥੇ ਬੇਨਿਜ਼ਮੀਆਂ ਜਿਹੜੀਆਂ ਦੇਖੀਆਂ ਰੇਲ ਹੈੱਡ 'ਤੇ ਆ ਕੇ ਕਿ ਚਾਵਲ ਦੀ ਇੰਨੀ ਵੇਸਟੇਜ ਹੋ ਰਹੀ ਹੈ ਟਰੱਕ ਨੂੰ ਅਨਲੋਡ ਕਰਨ ਵੇਲੇ ਕੋਈ ਕੱਪੜਾ ਨਹੀਂ ਵਿਛਾਇਆ ਜਾ ਰਿਹਾ ਦੇਖ ਰਹੇ ਹਾਂ ਆਹ ਥੱਲੇ ਦੇਖ ਹੀ ਰਹੇ ਹਾਂ ਅਸੀਂ ਕਿਉਂਕਿ ਇਹਦੇ 'ਚ ਲੇਬਰ ਦਾ ਕੋਈ ਕਸੂਰ ਨਹੀਂ ਹੈ ਇਹ ਠੇਕੇਦਾਰ ਨੂੰ ਮਹਿਕਮਾ ਪੈਸੇ ਦਿੰਦਾ ਹੈ ਮਹਿਕਮੇ ਦੇ ਕੋਲੋਂ ਅਸੀਂ ਪੈਸੇ ਜਿਹੜੇ ਹੈ ਇਹਨੂੰ ਦੇ ਰਹੇ ਹਾਂ ਪਰ ਫਿਰ ਵੀ ਇਹ ਬੇਨਿਜ਼ਮੀਆਂ ਜਿਹੜੀਆਂ ਹੋ ਰਹੀਆਂ ਐਫ ਸੀ ਆਈ ਦੇ ਅਧਿਕਾਰੀ ਅਤੇ ਠੇਕੇਦਾਰ ਰਲ ਕੇ ਗੋਲਮਾਲ ਕਰ ਰਹੇ ਹੈ ਕੋਈ ਬੋਗੀ ਜਿਹੜੀ ਹੈ ਸਾਫ਼ ਨਹੀਂ ਕੀਤੀ ਗਈ ਮੈਂ ਇੱਕ ਮਿੰਟ ਦਿਖਾ ਵੀ ਦੇਣਾ ਕਿ ਆਹ ਸੀਮੈਂਟ ਅਸੀਂ ਦੇਖ ਰਹੇ ਹਾਂ ਕਿ ਸੀਮੈਂਟ ਦੇ ਵਿੱਚ ਰਲ ਕੇ ਜਿਹੜੇ ਇਹ ਚਾਵਲ ਜਾਣਗੇ ਇਹੀ ਚਾਵਲ ਗਰੀਬ ਲੋਕਾਂ ਨੂੰ ਰਾਸ਼ਨ ਕਾਰਡਾਂ 'ਤੇ ਵੰਡੇ ਜਾਣੇ ਔਰ ਇੰਨੀ ਇੰਨੀ ਤਨਖਾਹ ਗੌਰਮੈਂਟ ਜਿਹੜੀ ਇਹਨਾਂ ਨੂੰ ਦੇ ਰਹੀ ਹੈ ਪਰ ਇਹਦੇ ਬਾਵਜੂਦ ਵੀ ਰਾਮ ਵਿਲਾਸ ਪਾਸਵਾਨ ਜੀ ਇਸ ਗੱਲ ਲਈ ਬਹੁਤ ਚਿੰਤਤ ਨੇ ਔਰ ਮੈਂ ਸਿੱਧੀ ਰਿਪੋਰਟ ਕਰਨ ਵਾਸਤੇ ਮੰਤਰੀ ਜੀ ਨੂੰ ਪਾਵਾਂ ਦਾ ਔਰ ਜੋ ਬੇਨਿਜ਼ਮੀਆਂ ਇੱਥੇ ਦੇਖੀਆਂ ਔਰ
ਡੀਐਮ ਜਿਹੜਾ ਹੈਗਾ ਜਾਂ ਮੈਨੇਜਰ ਡਿਪੂ ਹੈਗਾ ਉਹ ਆਰਾਮ ਨਾਲ ਬੈਠੇ ਨੇ ਆਪਦੇ ਏਸੀ ਛੱਡ ਕੇ ਅਤੇ ਲੇਬਰ ਇੱਥੇ ਕੰਮ ਕਰ ਰਹੀ ਹੈ, ਬੇਨਜ਼ਮੀਆਂ ਵੱਲ ਕੋਈ ਧਿਆਨ ਨਹੀਂ। ਤੋ ਰਾਮਵਿਲਾਸ ਪਾਸਵਾਨ ਜੀ ਨੇ ਲੇਬਰ ਮਿਨਿਸਟਰ ਹੁੰਦੇ ਹੋਏ ਹਰ ਮਜ਼ਦੂਰ ਜਿਹੜਾ ਕੇਂਦਰ ਸਰਕਾਰ ਦੇ ਕਿਸੇ ਵੀ ਜਗ੍ਹਾ 'ਤੇ ਕੰਮ ਕਰਦਾ ਉਹਦਾ ਫੰਡ ਭਾਵੇਂ ਉਹ 10 ਦਿਨ ਕੰਮ ਕਰਦਾ ਉਹਦਾ ਫੰਡ ਕੱਟਿਆ ਜਾਣਾ, ਜਦ ਬਜ਼ੁਰਗ ਹੋ ਜਾਣਾ ਉਹਨੇ ਉਹਦੀ ਪੈਨਸ਼ਨ ਲੱਗ ਜਾਣੀ ਹੈ। ਇਹ ਫੈਸਿਲਿਟੀ ਵੀ ਐਸ ਏ ਯੂ ਦੇਣੀ ਬਣਦੀ ਆ ਪਰ ਉਹ ਵੀ ਨਹੀਂ ਦਿੱਤੀ ਜਾ ਰਹੀ, ਅਤੇ ਸਾਰੀ ਰਿਪੋਰਟ ਰਾਮਵਿਲਾਸ ਪਾਸਵਾਨ ਜੀ ਨੂੰ ਮੈਂ ਦੇਣ ਜਾ ਰਿਹਾ। ਔਰ ਜਿਹੜੇ ਵੀ ਅਧਿਕਾਰੀ ਬੇਨਜ਼ਮੀਆਂ ਦੇ ਜ਼ਿੰਮੇਵਾਰ ਹੋਣਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਉਣ ਲਈ ਮੈਂ ਮੰਤਰੀ ਜੀ ਨੂੰ ਲਿਖਾਂਗਾ।